चढ़ जा लैके चढ़ जा बिच बी देखी बिच चढ़ जा बिच भुल फड़ी झोटी फड़ी झोटी फड़ दा झोटी बाबा फड़ ला मैं फड़ ला भाई देख ना ना अभी कि नहीं साफ तो जे तेरे पिंडे साफ तो जे चढ़ ली ਸਤਿ ਸ਼੍ਰੀ ਅਕਾਲ ਜੀ ਸੰਧੂ ਡੇਅਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਆਪਾਂ ਬਲੌਗ ਬਣਾਉਣ ਲੱਗਿਆ ਰੋਡੀ ਝੋਟੀ ਚੜਾ ਕੇ ਲਿਆਉਂਦੇ ਆਪਾਂ ਉਹ ਦਿਖਾਵਾਂਗੇ ਤੁਹਾਨੂੰ ਪਲੂਣ ਸੂਈ ਹੋਈ ਹੈ ਰੋਡੀ ਝੋਟੀ ਤੇ ਸਿੰਘ ਕਢਵਾਏ ਹੋਏ ਨੇ ਤੇ ਕਰਵਾਵਾਂਗੇ ਦਰਸ਼ਨ ਵੀ ਕੀ ਗੱਲਾਂ ਬਾਤਾਂ ਨੇ ਲੈ ਲਾਸਟ ਤੱਕ ਜ਼ਰੂਰ ਦੇਖਿਓ ਲੈ ਆਹ ਆ ਗਈ ਆਪਣੀ ਗੱਡੀ ਲੈ ਹੁਣ ਆਪਾਂ ਚੱਲਿਆਂ ਤੇ ਭਾਈ ਕੀ ਪਸੌਰ ਪਿੰਡ अपने लग गया 6 किलोमीटर आ भाई की पसौर पिंड लाख तक जरूर देखो लाइक शेयर कमेंट जरूर कर दियो गड्डी माला पुत बादल दा है चलती बहुत गड्डी फिर भी हुण तां पैसे बथेरे कमाते 50,000 गूगल पे कर दांगे चल गूगल चल एक मैं अपनी तनौले छड़ के जंगा ला हा अपना पिंडा आ खेतां जिहा च मकान आ गया अपना इधर आ गया पिछे रह गया अड़कवास वाली सड़क ते लग रहा 100 ते कर दे बोले कि मीटर चल दे ओए मीटर मूटर दा खड़े ने चढ़ू 100 ते अज इह 100 ते कर दे चंगे पिंडा चो है आ देख लो पार्क पूर्क चंगे बन गए है ना तीन पार्क बन गए साडे रामगढ़ संधु चौथा बन गया पैलस पिंड की फिरनी वड्डी करा भोले यार अगला भी दिखाने तुहानू पार्क एक होर भी दिखावांगे आ गया भी सज्जनो रामगढ़ संधु दा बार्डर बक्स ये आ गया बार्डर बक्स आ गया अपना एक होर नवा पार्क जी घा घू रहा बी भोले लाने घा नहीं लगे हजे आ गया अपना टोबा टोबे जो पानी कड़ता इन पटाई होगी हम टोबे की पटाई होगी हजे हाँ हाँ वो जगह आ गई भी सज्जनो जिथे सारे ने आना है ना एक दिन आपां ने भी इत्थे इसे जगह जाके खत्म हो जाना कहिंदा इह ओह जगह आ गई ਸ਼ਮਸ਼ਾਨ ਘਾਟ ਮੈਂ ਪਾ ਲਈ ਹੁਣ ਸੜਕ ਸੇਖੂਵਾਸ ਨੂੰ ਪਹਿਲਾ ਪਿੰਡ ਆਊਗਾ ਸੇਖੂਵਾਸ ਫਿਰ ਅਗਲਾ ਪਿੰਡ ਭਾਈ ਕੀ ਪਸੌਰ ਮੈਂ ਸੜਕਾਂ ਹੀ ਸੜਕਾਂ ਨਹੀਂ ਤਾਂ ਪੰਜਾਬ 'ਚ ਰਾਮਦਾਰੀ ਕਰਤੀ ਹੈ ਨਾ ਬੋਲੇ ਸੜਕਾਂ ਨਹੀਂ ਹੈਗੀਆਂ ਹਰਿਆਣੇ 'ਚ ਤਾਂ ਰਾਂਦ ਗੱਡੀ ਪਈ ਆ ਸੜਕਾਂ ਹੀ ਸੜਕਾਂ ਦਾ ਦੇਖੋ ਐਂ ਬਣਾਈਆਂ ਪਈਆਂ ਨੇ ਮਲਈ ਵਰਗੀਆਂ ਕਿਤੇ ਕੀ ਕਹਿੰਦਾ ਕੋਈ ਖਰਾਬ ਹੋਵੇ ਪਿੰਡ ਪਹੁੰਚ ਗਏ ਆਪਾਂ ਭਾਈ ਕੀ ਪਸੌਰ ਲੈ ਇੱਥੋਂ ਚੜਾਵਾਂਗੇ ਆਪਾਂ ਰੋਟੀ ਝੋਟੀ ਦਾ ਮਾਲਕ ਨਾਲ ਕਰਵਾਵਾਂਗੇ ਗੱਲਬਾਤ ਬਣੇ ਰਹੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦਿਖਾਵਾਂਗੇ ਕੀ ਗੱਲਬਾਤ ਆ ਦੇਖਦੇ ਹਾਂ ਛੋਟ ਛਾਟ ਕੀ ਗੱਲਬਾਤ ਕਰਦਾ ਪੰਚਾਇਤ ਮੈਂਬਰ ਆ ਕਹਿੰਦੇ ਜੀ ਤਾਂ ਝੋਟੀ ਲੈਤੀ ਆਪਾਂ ਨੇ ਸੱਜੇ ਤੇ ਗਾਹਾਂ ਤੋਂ ਮੋੜ ਦੀ ਖੱਬੇ ਅੱਗੇ ਮੋੜ ਦੀ ਖੱਬੇ ਹਾਂ ਉਹ ਖੱਬੇ ਮੋੜ ਦੇ ਤੇ ਅੱਗੇ ਉਹ ਫੇਰ ਸੱਜੇ ਮੋੜ ਦੀ ਕਦੇ ਖੱਬੇ ਕਦੇ ਸੱਜੇ ਇੱਥੋਂ ਸੱਜੇ ਮੋੜ ਦੇ ਆਥਣੇ ਪੇਗ ਪੂਗ ਲੱਗੇ ਜਮੈਸ ਲੈ ਲੈ ਮਿਲਾ ਰਾਏ ਨਾ ਜਾ ਰਹੇ ਹਨ ਦੋ ਤਾਰੇ ਪੁੱਲੇ ਨੇ ਸੀ ਇੱਥੋਂ ਖੱਬੇ ਮੋੜ ਦੇ ਦੋ ਤਾਂ ਉਹ ਹੀ ਰੁੱਜਿਆ ਸੀ ਹਾਂ ਚਲਦਾ ਚਲਦਾ ਸਾਨੂੰ ਤਾਂ ਕਿਹਾ ਗਿਆ ਹੁਣ ਦਾ ਪੁੱਲ ਅੱਛਾ ਮੈਂ ਨੂੰ ਪਤਾ ਰਹਿ ਗਿਆ ਹਾਂ ਅੱਗੇ ਫੇਰ ਸੱਜੇ ਮੋੜ ਦੀ ਇੱਥੇ ਕਮਾਈ ਗਿਆ ਮੈਨੂੰ ਹਾਂ ਹੁਣ ਆਇਆ ਲੈ ਜਾ ਲੈ ਜਾ ਪਰ ਪੁੱਲ ਗਿਆ ਅੱਛਾ ਹਾਂ ਯਾਰ ਗਿਆ ਨਾ ਆਇਆ ਅੱਛਾ ਐ ਮੋੜ ਦੀ ਆਥਣੇ ਮੇਰਾ ਜਾਂ ਪੀਤੀ ਗਾਦੀ ਚ ਲੈ ਲਈ ਮੈਂ ਸਾ
ਠੀਕ ਆ ਤਾਂ ਘੁੰਮੇ ਗਏ ਸਾਰੇ ਕਰਿਆ ਮੁੰਡਾ ਮਲਾਪ ਕੋਲ ਸੀਗਾ ਅੱਛਾ ਉਹਨਾਂ ਨੇ ਫੌਜ ਕੱਢੀ ਇਹ ਜਾਤੀਆਂ ਕੋਲ ਠੀਕ ਆ ਹਾਂ ਅੱਗੇ ਜੀ ਘਰ ਹੈ ਉਰੇ ਜੀ ਰੋਟੀ ਉਹ ਛੋਟਾ ਜਿਹਾ ਬਾਰ ਇਹ ਆਹਾ ਬਾਰ ਚੋਂ ਇਹ ਆਹ ਬਾਰ ਆ ਗਿਆ ਆਹਾ ਬਾਰ ਇੱਥੋਂ ਲਾਣ ਚੜਾਉਣ ਦਾ ਕਰ ਇੰਤਜ਼ਾਮ ਕੋਈ ਅੱਛਾ ਲਾ ਚੋਟੀ ਲੈਤੀ ਆ ਤੂੰ ਦੇਖ ਲੈ ਸਾਡੀ ਵੀਡੀਓ ਹਾਂ ਦੇਖ ਦਿੰਦੇ ਆ ਬਾਈ ਫਿਰ ਯਾਰ ਤੂੰ ਸੌਦਾ ਕਰਨ ਵੇਲੇ ਹੋਣਾ ਦੀ ਗੱਲ ਮਾੜਾ ਮੋਟਾ ਫਰਕ ਪੈ ਜਾਂਦਾ ਹਨਾ ਹੈ ਤੇਰਾ ਲਾਣੇਦਾਰ ਬਾਲਾ ਚੀੜਾ ਬਈ ਯਾਰ ਮਸਾਂ ਲੈਤੀ ਹੈ ਉਹਦਾ ਅੜਕੀ ਖੜ ਗਿਆ ਬਦਿੰਦਰਾ ਠੀਕ ਆ ਠੀਕ ਆ ਲੈ ਬਲਾਕ ਤੂੰ ਗਿਣੇਗਾ ਪੈਸੇ ਗਿਣਿਆ ਦੀਏ ਪਹਿਲਾਂ ਬਾਈ ਨੂੰ ਦਲਾਲੀ ਵੀ ਲੈ ਗਿਆ ਘੱਟ ਲਊਗਾ ਪੂਰੇ ਨੇ ਬਾਈ ਹਾਂ ਪੰਜਾਹ ਕਰ ਪੂਰਾ ਆਹ ਬਾਈ ਤੋਂ ਲੈਤੇ ਛੋਟੀ ਬਾਈ ਉਮਰ ਇਹਦੀ ਉਹ ਦੱਸ ਦੇ ਕਿੰਨੇ ਕੁ ਚਿਰ ਦੀ ਹੈ ਉਮਰ ਤਾਂ ਬਈ 3 ਸਾਲਾਂ ਦੀ ਹੈ ਦੋ ਦੰਦੇ ਹੋਣੀ ਹਜੇ ਹਨਾ ਹਾਂ ਤੇ ਮਾਂ ਦਾ ਦੁੱਧ ਚੰਗਾ ਦੱਸਦੇ ਤੇ ਬਈ ਹਨਾ ਬਈ ਹੈਗਾ ਜੀ ਇਹਦੇ 12 13 ਲੀਟਰ ਅੱਛਾ ਹਾਂ ਨਾ ਨਾ ਠੀਕ ਆ ਅੱਗੇ ਬਸ ਐਤ ਕੀ ਦੇਣਾ ਚਾਹੀਦਾ ਜਿਹੜੇ ਲਿਆਂਦੀ ਦੀ ਆਪਾਂ ਨੇ ਅੱਛਾ ਹਾਂ ਉੱਥੇ ਦੇਖ ਕੇ ਜੀ ਇਹਦੇ ਸਿੰਗਰ ਸੀ ਨੇ ਕਢਵਾ ਦਿੱਤੀ ਇਹਦੇ ਜਦੋਂ ਲਿਆਂਦੀ ਸੀ ਕੀ ਉਰੇ ਆ ਕੀ ਸੂਈ ਦੀ ਦੀ ਮਾਂ ਅਸੀਂ ਉਧਰ ਮੈਂ ਸੰ ਦੇਖ ਕੇ ਆਏ ਸੀ ਹਰਿਆਣੇ ਚ ਸਾਨੂੰ ਸੋਹਣੀਆਂ ਲੱਗੀਆਂ ਸੀ ਤਾਂ ਕਰਕੇ ਸਿੰਗ ਕਢਾ ਦਿੱਤੀ ਇਹਦੇ ਠੀਕ ਹੈ ਠੀਕ ਹੈ ਨਾਲ ਲੜਦੀ ਨਹੀਂ ਭਿੜਦੀ ਨਹੀਂ ਹਾਂ ਹੈਗੀ ਤਾਂ ਆਰਾਮਦਾਰੀ ਹੈ ਉਹ ਲੱਗਦੀ ਭਿੜ ਜੀ ਹੈ ਵੇਖ ਨਾ ਕਈ ਵਾਰੀ ਚਲ ਬਾਈ ਤੋਂ ਝੋਟੀ ਲੈਤੀ ਅੱਜ ਝੋਟੀ ਯਾਰ ਠੀਕ ਲੱਗੀ ਸਾਨੂੰ ਥਣ ਥਨੋਟ ਦੀ ਵੀ ਠੀਕ ਹੈ ਨਾ ਹਾਂ ਪੋਲੀ ਧਾਰ ਠੀਕ ਹੈ ਬਾਈ ਕਰ ਲੈ ਪੈਸੇ ਖਰੇ ਠੀਕ ਠੀਕ ਹੈ ਬਾਈ ਸਿੱਧੀ ਪਾ ਦੀ ਬਾਈ ਕੱਸ ਕੇ ਮਾੜੀ ਜਿਹੀ ਕੱਸ ਜੇ ਦੇ ਵਾਹ ਵਾਹ ਬੰਦੇ ਬੰਦੇ ਗੱਠੇ ਦੇ ਦੇ ਮੈਂ ਕਹਿੰਦਾ ਖੀਰੀ ਹੈ ਝੋਟੀ ਕਿ ਦੋ ਦੰਦ ਹੈ ਠੀਕ ਲਿਆ ਲਿਆ ਕੇਰਾ ਉਹਨੂੰ ਉੱਤੇ ਚਾੜ ਲਿਆ ਬਾਈ ਫਿਰ ਤਾਂ ਥਣਾਂ ਦੇ ਮਾਂਗਰ ਲਾ ਕੇ ਖਿੱਚ ਲਈ ਹਾਂ ਕਿਹੜਾ ਇੱਥੇ ਵਾ ਹੁਣ ਆਜੂਗਾ ਹੁਣ ਇਹਦੇ ਥਣਾਂ 'ਤੇ ਲਾ ਕੇ ਲਿਆਓ ਜੀ ਝੋਟੀ ਲਿਆਓ ਲੈ ਜਾ ਚੱਲ ਕੱਟਰ ਲਾ ਲੈ ਮੂਹਰੇ ਲਾ ਲੈ ਚੜ ਜਾ ਲੈ ਕੇ ਚੜ ਜਾ ਵਿੱਚ ਬਈ ਦੇਖੀ ਵਿੱਚ ਚੜ ਜਾ ਵਿੱਚ ਭੋਲੇ ਫੜੀ ਝੋਟੀ ਫੜ ਲੈ ਝੋਟੀ ਬਾਬਾ ਫੜ ਲੈ ਮੈਂ ਫੜਦਾ ਬਾਈ ਦੇਖ ਨਾ ਨਾ ਅਸੀਂ ਇੱਕ ਦਿਨ ਅਸੀਂ ਸਾਫ ਸੌਂਚੇ ਤੇਰੇ ਪਿੰਡੇ ਸਾਫ ਸੌਂਚੇ ਚੜ ਲਈ ਝੋਟੀ ਵੇਚਦੀ ਬਾਈ ਖਰਾਬ ਹੋ ਗਈ ਨਵੀਂ ਪਾਉਣੀ ਪਊ ਹੁਣ ਤੈਨੂੰ ਪਿੰਟ ਚੱਲ ਠੀਕ ਹੈ ਜੀ ਹੈ ਚੰਗਾ ਜੀ ਲਿਆ ਬਈ ਆ ਜਾ ਲੈ ਬਾਈ ਲੈ ਆਹ ਜੀ ਆਪਣੇ
दसो जी रोड वाली ते लाता सी 2.80 बिची घूम जूगी बिची घुमा ले बस ले खोल लिया कट्टू रोडी रोडी बिना सिंगा तो लिया 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 चंगी है झोटी सिंगा सिंग सिंग नहीं कले है ना सिंगा तो मैं वधिया लगती है तुनू कह कहते मैं टेंपू वाला भाई बोलदा ला झोटी है बी जे किसी सज्जन ने खरीदनी हो कर लियो अपने संपर्क थना थना की चंगी है झोटी ने मैं ले वालूगा चंगा जिम्मे तीजी दिन है जसोई नोटी हूं जी अपनी तोकड़ गबण की जाऊगी तनौले लद दिए तनौले आले सज्जन ने लेती है सनाम शेरों लौंगोवाला बड़बरा दो दंद है जी ये दंद का मेनू दो दंद भी ऐ लग जाए कि खीरी ना हो चंगी आ सारे पास मार बंद एक खूंजे च बंद एक खूंजे च बन दे बहजूगा चक्कर समार के समझ ला किते जाके कहां रामपुरे जा बड़े दबारे ला ला टकैई नाल समझ ला ਮੈਨੂੰ ਕਿਵੇਂ ਗੱਲ ਜਾਣਾ ਤਾਂ ਤੈਂ ਆ ਲੈ ਥੋੜਾ ਜਿਹਾ ਝੋਟੀ ਚੜਾਉਣ ਲੱਗ ਗਿਆ ਮਾਂ ਦਾ ਪੁੱਤ ਚੁੰਕੇ ਗਿਆ ਬਈ ਯਾਰ ਲੈ ਪਸਵੀਂ ਹੋਈ ਵੀ ਦਿਖਾਏ ਦਿੰਦੇ ਹੁਣ ਤੁਹਾਨੂੰ ਝੋਟੀ ਦੇਖ ਲਓ ਠੰਡੀ ਸੀਲ ਹੈ ਆਪੀ ਚੰਗਾਤੀ ਦੇ ਥਣ ਦੇਖੋ ਝੋਟੀ ਕਿੰਨਾ ਕਮਾਲ ਦਾ ਥਣ ਕੱਢਦੀ ਹੈ ਲਾਲ ਲੇਵਾ ਬਿਲਕੁਲ ਲੇਵਾ ਬਿਲਕੁਲ ਲਾਲ ਆ ਦੇਖੋ ਥਣ ਦਿਖਾ ਦਿੰਦੇ ਲੈ ਐਨ ਆ ਥਣ ਮੁੱਠੀ ਦਾ ਇਹਨੂੰ ਕਹਿੰਦੇ ਹੁੰਦੇ ਆ ਚੀਜ਼ ਆ ਚੁੰਗ ਗਿਆ ਮਾਂ ਦਾ ਪੁੱਤ ਚਲੋ ਝੋਟੀ ਸੀਲ ਠੰਡੀ ਸਾਊਗਾ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀ ਆ ਤਾਂ ਵਾਧੇ ਵਾਲਾ ਧਨ ਹੈ ਸੱਜਣੋ ਇਹੀ ਜੀ ਗੱਲ ਨਹੀਂ ਕਿ ਦੋ ਦੰਦ ਕੱਟੀ ਆ ਅਤੇ ਅੱਗੇ ਚੰਗੀ ਬਣ ਜੂ ਕਿਉਂ ਮੇਨ ਗੱਲ ਜੜ ਜੁੜ ਚੰਗੀ ਆ ਲੇਵੇ ਦੀ ਅਤੇ ਹਜੇ ਦੇਖੋ 10 ਵਜੇ ਹੋਏ ਨੇ ਸਵੇਰ ਦੇ 10-11 ਕੁ ਦਾ ਟਾਈਮ ਆ ਅਤੇ ਤੁਸੀਂ ਥੱਲੋਂ ਦੇਖ ਲਓ ਹੁਣ ਝੋਟੀ ਕਿੰਨੀ ਕਮਾਲ ਦੀ ਬਣੀ ਹੋਈ ਆ ਦੇਖੋ ਐਂ ਚੁੰਗੀ ਜਾਂਦਾ ਬਿਲਕੁਲ ਠੰਡੀ ਸੀਲ ਜਿਹੜੇ ਕਿਸੇ ਸੱਜਣ ਨੇ ਖਰੀਦਣੀ ਹੋਵੇ ਤਾਂ ਕਰ ਲਿਓ ਸੰਪਰਕ ਠੀਕ ਹੈ ਜੀ ਧੰਨਵਾਦ।